सत श्रीकाल जी, तुसी वेख रहे हो चैनल पंजाबी टेशन ते मैं जस्सी बड़ैच। गल करिए ना, कहिंदे कि सब तो औखा काम हुंदा किसे नूं हसाउणा। रवाज दे जमाने च हर कोई लैंदा पर हसाउणा बहुत औखा हुंदा। साडे नाल सुमित गुलाटी जी ते रविंद्र मंड जी मौजूद ने। बाई बहुत बहुत स्वागत। थैंक यू जी पंजाबी टेशन दा। मैं जिक्र कीता ना कि हसाउणा दा काम बहुत औखा, तुहाडी दानी सज्जन कह लईए तुहानूं, है ना, जिद्दां इक कि तुसी खुशियां वंडदे होगे। फिल्म भी रिलीज़ हो रही है, कदे हाँ कदे ना, बहुत मुबारक है। पहला किदां लग रहा बई? भाजी नहीं, मैनू तो बहुत वधिया लग रहा, तुसी दूरों आके दिहाड़ी। सेम मैनू वधिया लग रहा है। सेम फिल्म रिलीज़ होएगी 3 दिसंबर नू। अज ऑडियंस वास्ते, प्रेस वास्ते साडा म्यूजिक लॉन्च ते ट्रेलर लॉन्च सीगा, ते मैं आई होप तुहानू वधिया लग्गिया। तुसी वी ਸੋ ਬਈ ਕਿੱਦਾਂ, ਤੁਹਾਡਾ ਕਿੱਦਾਂ ਦਾ ਕਿਰਦਾਰ ਹੋਊਗਾ ਦੋਵਾਂ ਇਕੱਠਿਆਂ ਦਾ, ਮਤਲਬ ਕੈਮਿਸਟਰੀ ਕਿੱਦਾਂ ਦੀ ਹੋਊਗੀ? ਇਹਨਾਂ ਦਾ ਤਾਂ ਬੜਾ ਵਧੀਆ ਕਿਰਦਾਰ ਹੈ, ਡਬਲ ਰੋਲ ਹੈ, ਹੈ ਨਾ। ਇਹ ਤਾਂ ਬਾਹਲੀ ਮਜਬੂਰੀ 'ਚ ਵਿਚਾਰੇ ਕੁੱਟੇ ਜਾਂਦੇ ਆ ਫਿਲਮ ਦੇ ਵਿੱਚ, ਅਤੇ ਮੇਰਾ ਦੋਸਤ ਦਾ ਮਜਬੂਰ ਦੋਸਤ ਹੈ ਜਿਹੜਾ ਜਾਣਾ ਨਹੀਂ ਚਾਹੁੰਦਾ ਹੁੰਦਾ ਹੀਰੋ ਦੇ ਨਾਲ, ਅਤੇ ਉਹਨੂੰ ਹਮੇਸ਼ਾ ਧੱਕੇ 'ਤੇ ਲੈ ਜਾਂਦੇ ਆ। ਉੱਥੇ ਕਈ ਵਾਰ ਗੁੱਟ ਵੀ ਪੈ ਜਾਂਦੀ ਹੈ ਨਾ, 8 ਵੱਜ ਵੀ ਹੁੰਦੀ ਹੈ ਨਾ, ਉਸ ਤਰ੍ਹਾਂ ਦਾ ਜਾਣੀ ਵਧੀਆ ਅਲੱਗ ਕਰੈਕਟਰ ਹੈ, ਫਨੀ ਟਾਈਪ। ਅੱਛਾ ਵੀ ਨਾ, ਮੇਰਾ ਇੱਕ ਸਵਾਲ ਸੀਗਾ, ਤੁਹਾਡੇ ਜਿੱਦਾਂ ਤੁਹਾਡੀਆਂ ਫਿਲਮਾਂ ਹੁੰਦੀਆਂ ਨਾ, ਤੁਹਾਡੀਆਂ 2-3 ਫਿਲਮਾਂ ਵੇਖੀਆਂ ਨੇ, ਤੁਹਾਡਾ ਕਰੈਕਟਰ ਵੀ ਹੁੰਦਾ ਅਤੇ ਓਪੋਜਿਟ ਤੁਹਾਨੂੰ, ਮਤਲਬ ਤੁਸੀਂ ਕੁੜੀ ਦਾ ਕਰੈਕਟਰ ਵੀ ਕਰਦੇ ਹੋ, ਕੀ ਲੱਗਦਾ ਤੁਹਾਨੂੰ ਡਬਲ ਪੈਸੇ ਮਿਲਦੇ ਆ ਜਾਂ ਕਿੱਦਾਂ ਉਹ ਚੀਜ਼ ਦਾ, ਮਤਲਬ 2-3 ਫਿਲਮਾਂ ਚਾਹਤਾ ਹੋਇਆ? ਪਤਾ ਨਹੀਂ, ਉਹ ਐਕਚੁਅਲੀ ਇਸ ਫਿਲਮ ਵਿੱਚ ਮੇਰਾ ਸਿਰਫ ਕੁੜੀ ਦਾ ਪਾਰਟ ਨਹੀਂ ਹੈਗਾ, ਦੋ ਭਰਾਵਾਂ ਦਾ ਪਾਰਟ ਹੈ, ਉਹ ਤੀਜਾ ਪਾਰਟ ਐਕਚੁਅਲੀ, ਉਹ ਕੁੜੀ ਦਾ ਜਿਹੜਾ ਪਾਰਟ ਲੱਗਿਆ ਉਹ ਤੀਜਾ ਪਾਰਟ ਹੈਗਾ। 3 ਪਾਰਟ ਹੈਗੇ ਨੇ, ਪੈਸੇ ਇੱਕ ਦੇ ਹੀ ਮਿਲੇ ਨੇ, ਪੈਸੇ ਇੱਕ ਦਿਨ ਮਿਲੇ ਨੇ, ਕਿਉਂਕਿ ਇਹ ਬਾਕੀ ਧੀਰੇ ਧੀਰੇ ਐਡਜਸਟ ਕਰਾਂਗੇ ਅਸੀਂ ਪੈਸੇ। ਅਤੇ ਜਿਹੜਾ ਕਰੈਕਟਰ ਹੈਗਾ ਉਹ ਮੈਨੂੰ ਕੋਈ ਪੰਜਾਬੀ ਇੰਡਸਟਰੀ 'ਚ ਆਪਣੇ ਦੇ ਲਈ ਕੋਈ ਡਿਫਰੈਂਟ ਕਰਨ ਦਾ, ਕੁਛ ਪਰਫਾਰਮ ਕਰਨ ਦਾ ਮੌਕਾ ਮਿਲਿਆ, ਇਹ ਮੈਨੂੰ ਵਧੀਆ ਲੱਗਿਆ ਇਸ ਫਿਲਮ ਕਦੇ ਹਾਂ ਕਦੇ ਨਾ ਕਰਕੇ। ਆਡੀਅੰਸ ਵਾਸਤੇ ਕੁਛ ਸਰਪ੍ਰਾਈਜ਼ ਹੋਏਗਾ ਆਈ ਹੋਪ। ਕੋਈ ਕਦੇ ਹਾਂ ਕਦੇ ਨਾ, ਕੋਈ ਜ਼ਿੰਦਗੀ 'ਚ ਕੋਈ ਇੱਦਾਂ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਦੇ ਹਾਂ ਕਦੇ ਨਾ? ਬਹੁਤ ਵਾਰ ਹੋਈ ਹੈ ਜੀ, ਇੱਕ ਵਾਰ ਥੋੜ੍ਹੀ, ਬਹੁਤ ਵਾਰ ਜ਼ਿੰਦਗੀ 'ਚ ਇੱਦਾਂ ਹੁੰਦਾ ਵੀ। ਕਈ ਵਾਰ ਤਾਂ ਮੈਨੂੰ ਇੱਕ ਫਿਲਮ ਸੀਗੀ ਪਿੱਛੇ ਜੇ ਕਰਵਾਉਣੀ ਸੀ, ਕੋਈ ਵੱਡੀ ਫਿਲਮ ਸੀ, ਏਡੀ ਦਾ ਫੋਨ ਆ ਜਾਇਆ ਕਰੇ, ਕਦੇ ਤੁਹਾਡੇ ਵਾਲ ਕਿੱਡੇ ਕਿੱਡੇ ਨੇ, ਤੁਹਾਡੀ ਦਾੜੀ ਕਿੱਡੀ ਕਿੱਡੀ, ਕਿ ਤੁਹਾਨੂੰ ਦੱਸਦੇ ਹਾਂ ਨਾ, ਥੋੜ੍ਹੇ ਦਿਨਾਂ ਬਾਅਦ ਫਿਰ ਆ ਜਾਇਆ ਕਰੇ, ਤੁਸੀਂ ਕਟਿੰਗ ਤਾਂ ਨਹੀਂ ਕਰਵਾ ਲਈ ਕਿਤੇ, ਹੈ ਨਾ, ਥੋੜ੍ਹੇ ਦਿਨਾਂ ਬਾਅਦ ਫਿਰ ਪ੍ਰੋਡਿਊਸਰ ਨਾਲ ਗੱਲ ਚੱਲਦੀ ਹੈ ਜੀ, ਤੁਹਾਨੂੰ ਦੱਸਦੇ ਹਾਂ ਨਾ। ਇੱਦਾਂ ਕਰ ਕਰਾ ਕੇ ਘੱਟੋ ਘੱਟ 6 ਮਹੀਨੇ ਬਾਅਦ ਜਦੋਂ ਉਹਨਾਂ ਨੇ ਹਾਂ ਕਰੀ, ਉਦੋਂ ਮੈਂ ਨਾ ਕਰਤੀ। ਮੈਨੂੰ ਹੋਰ ਫਿਲਮ ਮਿਲ ਗਈ, ਮੈਂ ਯਾਰ ਹੁਣ ਮੇਰੇ ਕੋਲ ਟਾਈਮ ਨਹੀਂ। ਅੱਛਾ ਜੀ, ਦੂਜੇ ਪਾਸੇ ਲੈ ਕੇ ਚੱਲੀਏ, ਉੱਧਰ ਹਾਂ ਨਾ ਵਾਲਾ ਹੋਇਆ ਸਿਸਟਮ? ਉਹ ਤਾਂ ਚਲੋ ਉਮਰ ਦੇ ਹਿਸਾਬ ਚੱਲੀਏ, ਪਹਿਲੀਆਂ 'ਚ ਬਥੇਰੇ ਹੋਏ ਆ, ਹੈ ਨਾ, ਚਲੋ ਸਭ ਨਾਲ ਹੀ ਹੁੰਦਾ, ਪਰ ਇਸੇ ਗੱਲ ਤੋਂ ਯਾਦ ਆਇਆ ਕੁੜੀ ਬਣੇ ਹੋਏ ਵੱਧ ਸੋਹਣੇ ਲੱਗਦੇ ਆ। ਉਹੀ ਗੱਲ ਹੈ ਨਾ, ਕਿ ਮਤਲਬ ਕੀ ਲੱਗਦਾ ਪ੍ਰੋਡਿਊਸਰ ਨੂੰ, ਚੰਗਾ ਲੱਗਦਾ ਕਿ ਕਿੱਦਾਂ ਚੰਗਾ ਲੱਗਦਾ? ਮੈਂ 2-3 ਫਿਲਮਾਂ ਹੋਈਆਂ ਨੇ ਬਾਈ ਹੋਰਾਂ ਦੀਆਂ, ਜੀ ਕਹਿੰਦੇ ਨੂੰ ਕੁੜੀ ਬਣਾਈ ਜਾਂਦੀ, ਇਸੇ ਕਰੈਕਟਰ 'ਤੇ ਮਾਣ ਹੁੰਦਾ ਵੀ ਇਹਨੂੰ ਜੋ ਵੀ ਬਣਾਵਾਂਗੇ ਇਹ ਵਧੀਆ ਲੱਗੂਗਾ ਅਤੇ ਵਧੀਆ ਕਰੂਗਾ, ਉਹ ਇਹਨਾਂ 'ਚ ਗੁਣ ਆ, ਤਾਂ ਕਰਕੇ ਇਹਨਾਂ ਨੂੰ ਇੱਦਾਂ ਦੇ ਅਲੱਗ ਅਲੱਗ ਕਿਰਦਾਰ ਮਿਲਦੇ ਆ। ਅਗਰ ਇਹ ਮੇਰੇ ਵਾਂਗ ਇੱਕੋ ਕਿਰਦਾਰ ਕਰਦੇ, ਇੱਕੋ ਤਰ੍ਹਾਂ ਦੇ ਐਕਟਰ ਹੁੰਦੇ, ਫਿਰ ਸ਼ਾਇਦ ਇਹਨਾਂ ਤੱਕ ਪਹੁੰਚ ਨਾ ਕੀਤੀ ਜਾਂਦੀ। ਹੁਣ ਇਹ ਵਰਸਟਾਈਲਸ ਨੇ, ਅੰਗਰੇਜ਼ੀ ਗਲਤ ਤਾਂ ਨਹੀਂ ਕਿਹਾ ਮੈਂ, ਸਿੱਧਾ ਜਿਹਾ ਕਰ ਲਿਓ। ਜਦੋਂ ਤੁਸੀਂ ਮਾਣ ਵਾਲੀ ਗੱਲ ਕੀਤੀ, ਮਾਂ ਕਿਤੇ ਇੱਦਾਂ ਕਹੋਗੇ ਵੀ ਇਹਨਾਂ ਦੇ ਕੁੜੀ ਹੋਣ ਦੀ ਮਾਣ ਹੁੰਦਾ? ਨਹੀਂ, ਕੁੜੀਆਂ ਤੇ ਮਾਣ ਤਾਂ ਧੀਆਂ ਤੇ ਹੁੰਦਾ ਹੀ ਆ, ਸਾਰਿਆਂ ਨੂੰ ਹੁੰਦਾ ਹੀ ਹੈ ਨਾ, ਇਹ ਵੀ ਸਾਡਾ ਮਾਣ ਨੇ, ਬਟ ਇਹ ਆਪਣੇ ਰੁਜ਼ਗਾਰ ਵਾਸਤੇ, ਕਿਰਦਾਰ ਵਾਸਤੇ ਤੇ ਲੋਕਾਂ ਨੂੰ ਕੁਛ ਨਵਾਂ ਦੇਣ ਵਾਸਤੇ ਬਣਦੇ ਆ, ਹੋਰ ਇਹਨਾਂ ਦੀ ਕੋਈ ਮਾੜੀ ਸੋਚ ਨਹੀਂ ਹੈਗੀ ਇਹਦੇ 'ਚ। ਨਾ ਤੁਸੀਂ ਕਰੈਕਟਰ ਕੀਤਾ ਸੀਗਾ ਬਾਗ ਮਿਲਖਾ ਬਾਗ ਦਾ, ਉਹਦੇ ਵਿੱਚ ਤਾਂ ਬਾਗ ਕਮਾਲ ਕਰੈਕਟਰ ਸੀਗਾ, ਅਤੇ ਬਾਲੀਵੁੱਡ ਦੀ ਗੱਲ ਕਰੀਏ, ਉੱਧਰ ਕੀ ਪ੍ਰੋਜੈਕਟ ਆ ਰਿਹਾ? ਹਾਂਜੀ, ਐਕਚੁਅਲੀ ਕਦੇ ਹਾਂ ਕਦੇ ਨਾ ਦੇ ਹੋਏ ਰਿਲੀਜ਼ 3 ਦਸੰਬਰ ਨੂੰ ਸਾਡੀ ਫਿਲਮ, ਸੇਮ ਡੇਟ 'ਤੇ ਐਕਚੁਅਲੀ ਮੇਰੀ ਦੂਜੀ ਫਿਲਮ ਰਿਲੀਜ਼ ਹੋ ਰਹੀ, ਦੈਟ ਇਜ਼ ਤੜਪ, ਉਹ ਸੇਮ ਡੇਟ 'ਤੇ ਰਿਲੀਜ਼ ਹੋ ਰਹੀ ਹੈ, ਪ੍ਰੋਡਿਊਸ ਬਾਏ ਨਾਡੀਆ ਵਾਲਾ ਗ੍ਰੈਂਡਸਨ, ਹਾਂ, ਅਤੇ ਉਹ ਸੇਮ ਡੇਟ 'ਤੇ ਰਿਲੀਜ਼ ਹੋ ਰਹੀ ਹੈ। ਅਤੇ ਮੇਰੇ ਲਈ ਐਕਚੁਅਲੀ ਦੋਨੋਂ ਹੱਥ ਮੈਨੂੰ ਲੱਗ ਰਿਹਾ ਯਾਰ, ਕਹਿੰਦੇ ਨੇ ਲੱਡੂ ਹੈਗੇ ਨੇ, ਕਹਿੰਦੇ ਨੇ ਦੋਨੋਂ ਹੱਥਾਂ 'ਚ ਹੈਗੇ ਨੇ, ਇੱਕ ਪੰਜਾਬੀ ਆਡੀਅੰਸ ਵੀ ਦੇਖੇਗੀ ਮੈਨੂੰ, ਅਤੇ ਹਿੰਦੀ ਆਡੀਅੰਸ ਵੀ ਦੇਖੇਗੀ, ਅਤੇ ਹਿੰਦੀ ਆਡੀਅੰਸ ਪੰਜਾਬੀ ਵੀ ਵੇਖੇਗੀ, ਅਤੇ ਮੈਨੂੰ ਮੇਰੇ ਵਾਸਤੇ ਐਕਚੁਅਲੀ ਰੱਬ ਦੀ ਮਿਹਰ ਕਹਿ ਲਓ ਤੁਸੀਂ ਹੈਗੀ, 3 ਦਸੰਬਰ ਮੇਰੇ ਲਈ ਆਈ ਹੋਪ ਲੱਕੀ ਹੋਏਗਾ। ਨਾ ਕਰੈਕਟਰ ਤੁਹਾਡਾ ਇੱਕ ਲੋਕਡਾਊਨ ਦਾਗਾ, ਮਤਲਬ ਲੋਕਡਾਊਨ ਦਾ ਤੁਹਾਡੇ 'ਤੇ ਕਿੰਨਾ ਅਸਰ ਹੈ ਅਸਲ ਜ਼ਿੰਦਗੀ ਦੇ ਵਿੱਚ? ਲੋਕਡਾਊਨ ਸ਼ੁਰੂਆਤ ਵਿੱਚ ਬੜਾ ਵਧੀਆ ਲੱਗਿਆ ਕਿ ਹਾਂ ਚਲੋ ਰੈਸਟ ਮਿਲਿਆ, ਉਹ ਕੂਲ ਚਿਲ, ਆਫਟਰ ਸਮ ਟਾਈਮ ਮੈਨੂੰ ਲੱਗਿਆ ਯਾਰ ਨਹੀਂ ਇਹਨਾਂ ਹੋਰ ਚਿਲ ਨਹੀਂ ਕੀਤਾ ਜਾ ਸਕਦਾ, ਰੈਸਟ ਚੰਗੀ ਚੰਗੀ ਥੋੜ੍ਹੀ ਹੋ ਲੱਗਦੀ ਹੈ, ਲੰਬੀ ਨਹੀਂ, ਇੰਨੀ ਲੰਬੀ ਨਹੀਂ, ਰੈਸਟ ਹੋਏ ਸੀ। ਕੋਈ ਡਾਇਲੋਗ ਹੈ ਤੁਹਾਡਾ ਫਿਲਮ 'ਚ ਇਕੱਠਿਆਂ ਦਾ ਜਿਹੜਾ ਸਾਨੂੰ ਸੁਣਾ ਸਕੋ, ਕੋਈ ਇੱਕ ਝਲਕ? ਡਾਇਲੋਗ ਤਾਂ ਬਹੁਤ ਨੇ ਜੀ, ਇਹਨਾਂ ਨੂੰ ਚੱਕ ਕੇ ਮੈਂ ਲੈ ਕੇ ਜਾਂਦਾ ਅੰਦਰ, ਹੈ ਨਾ, ਇਹਨਾਂ ਦੀ ਜਿਹੜੀ ਗਰਲਫ੍ਰੈਂਡ ਹੈ ਕਿ ਸਿਸਟਰ ਦੀ ਕਿਹਦੀ ਮੈਰਿਜ ਹੁੰਦੀ ਹੈ, ਇਹ ਕਹਿੰਦੇ ਮੈਂ ਉਹਦੇ ਨਾਲ ਜਾਣਾ, ਹੈ ਨਾ, ਉਹ ਮੈਂ ਕਿਹਾ ਹਾਲੇ ਉਹਨੂੰ ਤਾਂ ਜਾ ਲੈਣ ਦੇ, ਤੂੰ ਬਾਅਦ 'ਚ ਚਲਾ ਜਾਈ ਸੰਧਾਰਾ ਲੈ ਕੇ ਅੰਦਰ, ਉਹਨੂੰ ਚੱਕ ਕੇ ਲੈ ਜਾਣਾ ਮੈਂ। ਹਾਂਜੀ, ਹੈਗੀ ਹੈ ਜੁਗਲਬੰਦੀ, ਕਈ ਸੀਨ ਨੇ ਸਾਡੇ ਇਕੱਠਿਆਂ ਦੇ, ਬਾਕੀ ਇਹਨਾਂ ਨੇ ਕਟਵਾ ਤੇ ਸੀ, ਰੰਗ ਬੰਨੇ ਜਾਣੇ। ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਪੂਰੀ ਟੀਮ ਨੂੰ, ਕਦੇ ਹਾਂ ਕਦੇ ਨਾ ਨੂੰ, ਥੈਂਕ ਯੂ। ਥੈਂਕ ਯੂ, ਤੁਸੀਂ ਦੇਖਣਾ, ਤੁਹਾਡੇ ਰਿਵਿਊ ਦਾ ਇੰਤਜ਼ਾਰ ਰਹੇਗਾ। ਤੁਸੀਂ ਦੱਸਿਓ, ਕਹਿੰਦਾ ਤੁਸੀਂ ਦੇਖਣਾ, ਇਹਨਾਂ ਨੂੰ ਕਿਉਂ ਕਹਿੰਦੇ, ਕਹੋ ਜੀ ਅਸੀਂ ਵੀ ਦੇਖਾਂਗੇ, ਅਸੀਂ ਵੀ ਦੇਖਾਂਗੇ, ਇਕੱਠੇ ਵੇਖਾਂਗੇ, ਬਿਲਕੁਲ ਬਿਲਕੁਲ।
बिल्कुल इसे साढ़े नाल कदे हाँ कदे ना की पूरी स्टार कास्ट कह सकते हैं कि बड़े दिग्गज कलाकार ने और बड़ी घेंट गल्ला बातें होने वाली ने फिल्म के इंतजार रहेगा सानू भी तो थोनू भी 3 दिसंबर का बने रहो साथ देख रहे हो चैनल पंजाबी स्टेशन।